ਇਸ ਕੁੱਕ ਅਲਮੀਨੀਅਮ ਕਿਚਨ ਦਾ ਰੇਟ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਜੀ। ਜਿਵੇਂ ਕਿ ਤੁਸੀਂ ਜਾਣਦੇ ਹੋ, ਲੱਕੜ ਦੀ ਕਿਚਨ ਦੇ ਵਿੱਚ ਜਾਂ PVC, HDHMR ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਉਸ ਦੇ ਵਿੱਚ। ਹੱਦ ਮਨਿਆਦ ਉਹਦੀ 10 ਸਾਲ ਹੁੰਦੀ ਹੈ, ਵਾਰੰਟੀ ਵੀ ਜਿਹੜੀ ਤੁਹਾਨੂੰ ਜ਼ਿਆਦਾਤਰ ਮਿਲਦੀ ਹੈ ਸਾਰਿਆਂ ਵੱਲੋਂ 10-15 ਸਾਲ ਬਾਅਦ ਹੈ। ਹਰ 10-15 ਸਾਲ ਬਾਅਦ ਜੇ ਤੁਸੀਂ ਵਾਰ ਵਾਰ ਉਹਨੂੰ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਹੈ। ਅਗਰ ਤੁਸੀਂ ਇੱਕੋ ਵਾਰ ਲਾਈਫ ਟਾਈਮ ਕਿਚਨ ਬਣਾਉਣਾ ਚਾਹੁੰਦੇ ਹੋ ਤਾਂ ਇਹ ਸਭ ਤੋਂ ਬੈਸਟ ਆਪਸ਼ਨ ਹੈ। ਦੁਨੀਆ ਦੀ ਇਕਲੌਤੀ ਕਿਚਨ ਹੈ ਜਿਹਨੂੰ ਤੁਸੀਂ 15 ਸਾਲ ਬਾਅਦ ਜਿੰਨੇ ਦੀ ਬਣਦੀ ਉਨੇ ਦੀ ਵਾਪਸ ਵੀ ਕਰ ਸਕਦੇ ਹੋ। ਇਹਦੀ ਵੈਲਿਊ ਹਰ ਟਾਈਮ ਵੱਧਦੀ ਹੀ ਹੈ ਕਿਉਂਕਿ ਮੈਟਲ ਹੈ ਔਰ ਸਿਉਂਕ ਸਲਾਬ ਨਿਗਾਲ ਲੱਗਣ ਨਾਲ ਕਦੀ ਇਹਨੂੰ ਪ੍ਰੋਬਲਮ ਨਹੀਂ ਆਏਗੀ। ਇਹਦੀ ਵੋਇਸ ਜਿਹੜੀ ਹੈ ਜਿੰਨੀ ਕੁ ਵੁਡਨ ਦੀ ਹੁੰਦੀ ਹੈ ਸਿਰਫ ਉਨੀ ਹੀ ਆਉਂਦੀ ਹੈ, ਉਸ ਤੋਂ ਜ਼ਿਆਦਾ ਇਹਦੀ ਆਵਾਜ਼ ਨਹੀਂ ਆਉਂਦੀ। ਵੇਟ ਵੀ ਲਗਭਗ ਉਨਾ ਹੀ ਹੁੰਦਾ ਹੈ। ਲੁੱਕ ਵਾਈਜ਼ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਕਲਰ ਨੇ, ਦੁਨੀਆ ਦਾ ਹਰ ਕਲਰ ਲਗਭਗ ਇਹਦੇ ਵਿੱਚ ਆ ਜਾਂਦਾ ਹੈ। ਔਰ ਜੋ ਵੀ ਤੁਸੀਂ ਇਹ ਸ਼ੀਟ ਦੇਖ ਰਹੇ ਹੋ ਲੱਗੀ ਹੋਈ, ਇਹ ਅਲੱਗ ਅਲੱਗ ਪ੍ਰਕਾਰ ਦੇ ਬਜਟ 'ਤੇ ਡਿਪੈਂਡ ਕਰਦਾ, ਹਰ ਤਰ੍ਹਾਂ ਦੀ ਆ ਜਾਂਦੀ ਹੈ ਜੀ। ਬਣਦੀ ਹੈ ਅੰਮ੍ਰਿਤਸਰ ਫੈਕਟਰੀ 'ਚ, ਸਾਈਜ਼ ਲੈ ਕੇ ਜਾਈਦਾ, ਬਣਾ ਕੇ ਫਿਟਿੰਗ ਕਰਕੇ ਜਾਈਦੀ ਹੈ। 3,20,000 ਅਪਰੋਕਸੀਮੇਟ ਇਸ ਕਿਚਨ ਦੀ ਕੋਸਟ ਹੈ ਜੀ। ਪੱਕਾ ਬਿੱਲ ਕੱਟਿਆ ਜਾਂਦਾ GST ਵਾਲਾ, ਚਾਹੇ ਤੁਸੀਂ ਕਟਵਾਉਣਾ ਚਾਹੋ ਚਾਹੇ ਨਾ ਕਟਵਾਉਣਾ ਚਾਹੋ, GST ਦੇ 'ਤੇ ਲੱਗਣੀ ਹੀ ਲੱਗਣੀ ਹੈ, ਪੱਕਾ ਬਿੱਲ ਇਹਦਾ ਕੱਟਿਆ ਹੀ ਜਾਏਗਾ, ਤਾਂ ਹੀ ਇਹਦੀ ਵਾਰੰਟੀ ਵੈਲਿਡ ਹੋਏਗੀ। ਪਹਿਲਾਂ ਤੁਹਾਡੀ ਸਲੈਬ ਉੱਪਰ ਨਹੀਂ ਬਣੀ ਹੋਣੀ ਚਾਹੀਦੀ ਤਾਂ ਕਿਚਨ ਬਣਦੀ ਹੈ, ਅਗਰ ਸਲੈਬ ਬਣੀ ਹੋਏਗੀ ਤਾਂ ਕਿਚਨ ਨਹੀਂ ਬਣੇਗੀ। ਤਾਂ ਕਰਕੇ ਜਦੋਂ ਵੀ ਕਿਚਨ ਬਣਾਉਣੀ ਹੈ ਕੋਸ਼ਿਸ਼ ਕਰੋ ਸਲੈਬ ਬਣਾਓ।